ਝਪਕਰੇ ਪਿੰਡ ਵਿੱਚ ਇਹ ਰੋਜ਼ ਦਾ ਕੰਮ ਹੋ ਗਿਆ। ਇਸ ਵੇਲੇ ਰਾਤ ਦੇ 11 ਵਜੇ ਹੈ ਅਤੇ ਇੱਥੇ ਕੋਈ ਕਿਸੇ ਨੂੰ ਡਰ ਨਹੀਂ, ਕਿਸੇ ਵੇਲੇ ਵੀ ਪਟਾਕੇ ਚਲਾਉਂਦੇ ਆ। ਅਮਰੀਕਾ ਦੇ ਵਿੱਚ ਮੁੰਡੇ ਦਾ ਸੀ ਜਨਮ ਦਿਨ ਅਤੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਵਿੱਚ ਪਟਾਕੇ ਚਲਾ ਕੇ ਸਾਰੇ ਲੋਕਾਂ ਦੀ ਨੀਂਦ ਹੀ ਖਰਾਬ ਕਰ ਦਿੱਤੀ। ਜੀ ਹਾਂ, ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਨੇਰਾ ਹੋਇਆ ਪਿਆ, ਪੂਰੀ ਰਾਤ ਹੈ ਅਤੇ ਇਸ ਦੇ ਵਿੱਚ ਪਟਾਕੇ ਚਲਾਏ ਜਾ ਰਹੇ ਨੇ। ਹਾਲਾਂਕਿ ਇਸ ਪਟਾਕੇ ਚਲਾਉਣ ਦੇ ਨਾਲ ਪੂਰਾ ਪਿੰਡ ਜੋ ਹੈ ਰਾਤ ਨੂੰ 10 ਵਜੇ ਤੋਂ ਲੈ ਕੇ 3:30 ਵਜੇ ਤੱਕ ਜਾਗਦਾ ਰਿਹਾ ਅਤੇ ਪ੍ਰਸ਼ਾਸਨ ਨੂੰ ਹੁਣ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੀ ਹਾਂ, ਦੱਸ ਦਈਏ ਕਿ ਗੁਰਦਾਸਪੁਰ ਦੇ ਇੱਕ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਟਾਕੇ ਚੱਲਣ ਦੇ ਨਾਲ ਪੂਰੀ ਰਾਤ ਕਿਹਾ ਜਾ ਰਿਹਾ ਕਿ ਪਿੰਡ ਵਾਲੇ ਜਾਗਦੇ ਰਹੇ ਨੇ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਇੱਕ ਮੁੰਡੇ ਦਾ ਜਨਮ ਦਿਨ ਜੋ ਹੈ ਉਹ ਅਮਰੀਕਾ ਦੇ ਵਿੱਚ ਸੀ, ਉਹ ਅਮਰੀਕਾ ਦੇ ਵਿੱਚ ਰਹਿੰਦਾ ਅਤੇ ਪਰਿਵਾਰ ਵੱਲੋਂ ਜਦੋਂ ਖੁਸ਼ੀ ਮਨਾਈ ਜਾਂਦੀ ਹੈ ਤਾਂ ਰਾਤ ਨੂੰ 10 ਵਜੇ ਪਟਾਕੇ ਚਲਾਉਣੇ ਸ਼ੁਰੂ ਕੀਤੇ ਜਾਂਦੇ ਨੇ ਅਤੇ ਕਰੀਬ ਸਵੇਰ ਦੇ 3:30 ਵਜੇ ਤੱਕ ਲਗਾਤਾਰ ਇਹ ਪਟਾਕੇ ਚੱਲਦੇ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿੰਡ ਦੇ ਵੀ ਸਰਪੰਚ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ, ਤਾਂ ਜਿਸ ਤੋਂ ਬਾਅਦ ਹੁਣ ਔਖੇ ਹੋਏ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਦੇ ਕੋਲ ਆਹ ਵੀਡੀਓ ਵਾਇਰਲ ਕਰਕੇ ਗੁਹਾਰ ਲਗਾਈ ਹੈ ਕਿ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ, ਅਕਸਰ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਇਹ ਰਾਤ ਨੂੰ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਕਾਰਨ ਪਿੰਡ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਚਾਹੇ ਕੋਈ ਮਰੀਜ਼ ਹੋਵੇ ਜਾਂ ਫਿਰ ਕੁਝ ਵੀ ਹੋਵੇ, ਪਰ ਇਹਨਾਂ ਦੇ ਵੱਲੋਂ ਉਸਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਬੇਖੌਫ ਹੋ ਕੇ ਅੱਧੀ ਰਾਤ ਤੋਂ ਬਾਅਦ ਵੀ ਪਟਾਕੇ ਚੱਲਦੇ ਰਹਿੰਦੇ ਨੇ, ਜਿਸ ਦੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਆਉਂਦੀਆਂ ਨੇ। ਦੱਸੋ ਤੁਸੀਂ ਰਾਤ ਕਿੰਨੇ ਵਜੇ ਸੁੱਤੇ ਸੀ? ਪੂਰੀ ਰਾਤ ਪਟਾਕੇ ਚੱਲਦੇ ਰਹੇ ਹਨ, ਪੂਰੀ ਰਾਤ ਤੰਗ ਹੈ, ਬਹੁਤ ਜ਼ਿਆਦਾ ਤੰਗ ਹੈ ਤੇ ਇਹ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ? ਕੋਈ ਕਾਰਵਾਈ ਨਹੀਂ ਕਰੇਗਾ। ਸਰਪੰਚ ਨੂੰ ਕਿੰਨੇ ਵਾਰੀ ਦੱਸਿਆ ਕੋਈ ਕਾਰਵਾਈ ਨਹੀਂ ਨਾ ਹੋ ਰਹੀ? ਇਹ ਤੁਸੀਂ ਸਾਰੇ ਇਹ ਤੁਹਾਡੀ ਸਾਰੇ ਦੀ ਸੁਣਵਾਈ ਹੋਏਗੀ। ਪੂਰੀ ਰਾਤ ਨਹੀਂ ਸੁੱਤਾ ਕੋਈ, 3:30 ਵਜੇ ਤੱਕ ਲੋਕ ਜਾਗਦੇ ਰਹੇ ਆ, 10 ਵਜੇ ਤੋਂ ਲੈ ਗਏ। ਮੁੱਦਾ ਕੀ ਸੀ, ਮੁੰਡਾ ਅਮਰੀਕਾ ਗਿਆ ਤੇ ਉਹਦਾ ਜਨਮ ਦਿਨ ਆ ਅਮਰੀਕਾ 'ਚ ਤੇ ਇਹਨਾਂ ਨੇ ਪੂਰੀ ਰਾਤ ਪਿੰਡ ਨੂੰ ਨਹੀਂ ਸੌਣ ਦਿੱਤਾ, ਝਪਕਰੇ ਪਿੰਡ ਦੀ ਆ। ਤੁਸੀਂ ਸਾਰੇ ਤੰਗ ਹੋ ਨਾ, ਅੱਜ ਪੁਲਿਸ ਕੋਲ ਵੀ ਜਾਇਆ ਜਾਏਗਾ ਤੇ ਡੀ ਸੀ ਸਾਹਿਬ ਨੂੰ ਵੀ ਕੀਤਾ ਜਾਏਗਾ। ਮੈਂ ਤੁਹਾਡੀ ਵੀਡੀਓ ਬਣਾ ਕੇ ਪਾਉਣਾ, ਅੱਗੇ ਕਾਰਵਾਈ ਕਰਨਾ ਜੀ। ਝਪਕਰੇ ਪਿੰਡ ਵਿੱਚ ਇਹ ਰੋਜ਼ ਦਾ ਕੰਮ ਹੋ ਗਿਆ। ਇਸ ਵੇਲੇ ਰਾਤ ਦੇ 11 ਵਜੇ ਹੈ ਅਤੇ ਇੱਥੇ ਕੋਈ ਕਿਸੇ ਨੂੰ ਡਰ ਨਹੀਂ, ਕਿਸੇ ਵੇਲੇ ਵੀ ਪਟਾਕੇ ਚਲਾਉਂਦੇ ਆ। ਅਮਰੀਕਾ ਦੇ ਵਿੱਚ ਮੁੰਡੇ ਦਾ ਸੀ ਜਨਮ ਦਿਨ ਅਤੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਵਿੱਚ ਪਟਾਕੇ ਚਲਾ ਕੇ ਸਾਰੇ ਲੋਕਾਂ ਦੀ ਨੀਂਦ ਹੀ ਖਰਾਬ ਕਰ ਦਿੱਤੀ। ਜੀ ਹਾਂ, ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਨੇਰਾ ਹੋਇਆ ਪਿਆ, ਪੂਰੀ ਰਾਤ ਹੈ ਅਤੇ ਇਸ ਦੇ ਵਿੱਚ ਪਟਾਕੇ ਚਲਾਏ ਜਾ ਰਹੇ ਨੇ। ਹਾਲਾਂਕਿ ਇਸ ਪਟਾਕੇ ਚਲਾਉਣ ਦੇ ਨਾਲ ਪੂਰਾ ਪਿੰਡ ਜੋ ਹੈ ਰਾਤ ਨੂੰ 10 ਵਜੇ ਤੋਂ ਲੈ ਕੇ 3:30 ਵਜੇ ਤੱਕ ਜਾਗਦਾ ਰਿਹਾ ਅਤੇ ਪ੍ਰਸ਼ਾਸਨ ਨੂੰ ਹੁਣ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੀ ਹਾਂ, ਦੱਸ ਦਈਏ ਕਿ ਗੁਰਦਾਸਪੁਰ ਦੇ ਇੱਕ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਟਾਕੇ ਚੱਲਣ ਦੇ ਨਾਲ ਪੂਰੀ ਰਾਤ ਕਿਹਾ ਜਾ ਰਿਹਾ ਕਿ ਪਿੰਡ ਵਾਲੇ ਜਾਗਦੇ ਰਹੇ ਨੇ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਇੱਕ ਮੁੰਡੇ ਦਾ ਜਨਮ ਦਿਨ ਜੋ ਹੈ ਉਹ ਅਮਰੀਕਾ ਦੇ ਵਿੱਚ ਸੀ, ਉਹ ਅਮਰੀਕਾ ਦੇ ਵਿੱਚ ਰਹਿੰਦਾ ਅਤੇ ਪਰਿਵਾਰ ਵੱਲੋਂ ਜਦੋਂ ਖੁਸ਼ੀ ਮਨਾਈ ਜਾਂਦੀ ਹੈ ਤਾਂ ਰਾਤ ਨੂੰ 10 ਵਜੇ ਪਟਾਕੇ ਚਲਾਉਣੇ ਸ਼ੁਰੂ ਕੀਤੇ ਜਾਂਦੇ ਨੇ ਅਤੇ ਕਰੀਬ ਸਵੇਰ ਦੇ 3:30 ਵਜੇ ਤੱਕ ਲਗਾਤਾਰ ਇਹ ਪਟਾਕੇ ਚੱਲਦੇ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪਿੰਡ ਦੇ ਵੀ ਸਰਪੰਚ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਤਾਂ ਜਿਸ ਤੋਂ ਬਾਅਦ ਹੁਣ ਔਖੇ ਹੋਏ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਦੇ ਕੋਲ ਆ ਵੀਡੀਓ ਵਾਇਰਲ ਕਰਕੇ ਗੁਹਾਰ ਲਗਾਈ ਹੈ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ, ਅਕਸਰ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਇਹ ਰਾਤ ਨੂੰ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਕਾਰਨ ਪਿੰਡ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਚਾਹੇ ਕੋਈ ਮਰੀਜ਼ ਹੋਵੇ ਜਾਂ ਫਿਰ ਕੁਝ ਵੀ ਹੋਵੇ, ਪਰ ਇਹਨਾਂ ਦੇ ਵੱਲੋਂ ਉਸਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਬੇਖੌਫ ਹੋ ਕੇ ਅੱਧੀ ਰਾਤ ਤੋਂ ਬਾਅਦ ਵੀ ਪਟਾਕੇ ਚੱਲਦੇ ਰਹਿੰਦੇ ਨੇ, ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਦੱਸੋ ਜੀ ਤੁਸੀਂ ਰਾਤ ਕਿੰਨੇ ਵਜੇ ਸੁੱਤੇ ਸੀ? ਪੂਰੀ ਰਾਤ ਪਟਾਕੇ ਚੱਲਦੇ ਰਹੇ ਹਨ, ਪੂਰੀ ਰਾਤ ਤੰਗ ਹੈ, ਬਹੁਤ ਜ਼ਿਆਦਾ ਤੰਗ ਹੈ। ਤੇ ਇਹ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ? ਕੋਈ ਕਾਰਵਾਈ ਨਹੀਂ ਕਰੇਗਾ। ਸਰਪੰਚ ਨੂੰ ਕਿੰਨੇ ਵਾਰੀ ਦੱਸਿਆ ਕੋਈ ਕਾਰਵਾਈ ਨਹੀਂ ਨਾ ਹੋ ਰਹੀ? ਇਹ ਤੁਸੀਂ ਸਾਰੇ ਇਹ ਤੁਹਾਡੀ ਸਾਰੇ ਦੀ ਸੁਣਵਾਈ ਹੋਏਗੀ। ਪੂਰੀ ਰਾਤ ਨਹੀਂ ਸੁੱਤਾ ਕੋਈ, 3:30 ਵਜੇ ਤੱਕ ਲੋਕ ਜਾਗਦੇ ਰਹੇ ਆ, 10 ਵਜੇ ਤੋਂ ਲੈ ਗਏ। ਮੁੱਦਾ ਕੀ ਸੀ, ਮੁੰਡਾ ਅਮਰੀਕਾ ਗਿਆ ਤੇ ਉਹਦਾ ਜਨਮਦਿਨ ਆ ਅਮਰੀਕਾ 'ਚ, ਤੇ ਇਹਨਾਂ ਨੇ ਪੂਰੀ ਰਾਤ ਪਿੰਡ ਨੂੰ ਨਹੀਂ ਸੌਣ ਦਿੱਤਾ। ਝਪਕਰੇ ਪਿੰਡ ਦੀ ਆ, ਤੁਸੀਂ ਸਾਰੇ ਤੰਗ ਹੋ ਨਾ, ਅੱਜ ਪੁਲਿਸ ਕੋਲ ਵੀ ਜਾਇਆ ਜਾਏਗਾ ਤੇ ਡੀ ਸੀ ਸਾਹਿਬ ਨੂੰ ਵੀ ਕੀਤਾ ਜਾਏਗਾ। ਮੈਂ ਤੁਹਾਡੀ ਵੀਡੀਓ ਬਣਾ ਕੇ ਪਾਉਣਾ, ਅੱਗੇ ਕਾਰਵਾਈ ਕਰਨਾ ਜੀ।